ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਆਪਣਾ ਪੋਸਟਰ ਕਰ ਰਹੇ ਹਾਂ ਰਿਲੀਜ਼ ਤੇ ਸ਼ਾਹਕੋਟ ਦਾ, ਉਹ ਕਿੱਥੇ ਆ ਬਾਕੀ ਕੰਪਨੀ ਵਾਲੇ? ਪਹਿਲੀ ਪਾਰੀ ਖੇਡਣੀ ਅੱਜ ਇਹਨਾਂ ਨੇ ਪੰਜਾਬੀ ਪੱਧਰ ਤੇ, ਤੇ ਪਰਮਾਤਮਾ ਕਰੇ ਸਫਲ ਹੋਣ ਔਰ ਤੁਸੀਂ ਸਾਰੇ ਡਟ ਕੇ ਸਾਥ ਦਿਓ। ਵੈਸੇ ਤਾਂ ਤਕਰੀਬਨ ਚੰਗਾ ਹੀ ਲਿਖਦੇ ਆ ਸਾਰੇ, ਚੰਗੀ ਨੂੰ ਚੰਗੀ ਲਿਖਦੇ ਆ, ਪਰ ਫਿਰ ਵੀ ਕੋਸ਼ਿਸ਼ ਕਰਿਓ ਕਿ ਕਈ ਵਾਰੀ ਕੋਈ ਛੋਟੀ ਮੋਟੀ ਖਾਮੀ ਰਹਿ ਜਾਂਦੀ ਹੈ, ਉਹਨੂੰ ਇਗਨੋਰ ਕਰਿਓ, ਸਾਥ ਦਿਓ ਦੱਬ ਕੇ। ਅਸੀਂ ਚਾਹੁੰਦੇ ਹਾਂ ਤੁਹਾਡਾ ਸਾਥ ਜ਼ਰੂਰੀ ਹੈ। ਆਓ ਡਾਇਰੈਕਟਰ ਸਾਹਿਬ ਤੁਸੀਂ ਮੁਖਾਤਬ ਹੋ ਜਾਓ। ਭਾਅ ਜੀ ਨੇ ਕਿਹਾ ਤਾਂ ਬਸ ਇੰਨੀ ਬੜੀ ਗੱਲ ਆ, ਅਸੀਂ ਤਾਂ ਬਣਾ ਕੇ ਭਾਅ ਜੀ ਨੂੰ ਦਿਖਾਤੀ ਹੈ ਅਤੇ ਇਹਨਾਂ ਨੇ ਪ੍ਰਵਾਨ ਕਰਨਾ ਸਾਡੇ ਲਈ। ਇੰਨਾ ਬਹੁਤ ਥੈਂਕ ਯੂ ਬੱਬੂ ਭਾਅ ਜੀ, ਥੈਂਕ ਯੂ ਸੋ ਮਚ। ਵਨਸ ਅਗੇਨ ਥੈਂਕ ਯੂ ਬੱਬੂ ਭਾਅ ਜੀ, ਤੁਸੀਂ ਟਾਈਮ ਕੱਢ ਕੇ ਆਏ। ਪਰਿਵਾਰ ਵੱਲੋਂ ਦਿੱਤੇ ਸੰਸਕਾਰ ਹੈ। ਦੇਖੋ ਕੀ ਹੁੰਦਾ ਜਦੋਂ ਆਪਾਂ ਜ਼ਿੰਦਗੀ ਚ ਕਿਸੇ ਸਫ਼ਰ ਤੇ ਤੁਰਦੇ ਹਾਂ ਤਾਂ ਸਫ਼ਰ ਤਾਂ ਸਾਰੇ ਸ਼ੁਰੂ ਕਰਦੇ ਆ। ਕਿਸੇ ਨੇ ਪੱਤਰਕਾਰ ਬਣਨਾ, ਕਿਸੇ ਨੇ ਆਰਟਿਸਟ ਬਣਨਾ, ਕਿਸੇ ਨੇ ਅਫਸਰ ਬਣਨਾ, ਉਹ ਸਫ਼ਰ 'ਚ ਫਿਰ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ। ਜੇ ਆਪਾਂ ਚੰਗੀਆਂ ਗੱਲਾਂ ਕਰਾਂਗੇ ਤਾਂ ਅੱਗੇ ਸਾਰਾ ਕੁਝ ਚੰਗਾ ਹੋਊਗਾ। ਦੇਖੋ ਮੁਖਾਲਫਤ ਕਰ ਲੈਣੀ ਬਹੁਤ ਸੌਖੀ ਹੈ। ਮੰਨ ਲਓ ਇੱਕ ਫਿਲਮ ਆਉਂਦੀ ਹੈ, ਫਿਲਮ 'ਚ ਕੋਈ ਤਰੁੱਟੀਆਂ ਰਹਿ ਸਕਦੀਆਂ, ਔਰ ਕਿਉਂਕਿ ਫਿਲਮ 200-300 ਬੰਦਾ ਰਲ ਕੇ ਬਣਾਉਂਦਾ ਹੈ, ਜਿੱਦਾਂ ਹੁਣ ਡਾਇਰੈਕਟਰ ਸਾਹਿਬ ਬਹੁਤ ਵੱਡੀ ਟੀਮ ਹੈ, ਕਿਤੇ ਕੋਈ ਖਾਮੀ ਮਨਿਊਟਲੀ ਰਹਿ ਜਾਂਦੀ ਹੈ, ਆਪਾਂ ਉਸ ਇੱਕ ਪਾਸੇ ਤਾਂ ਆਪਾਂ ਕਹਿੰਦੇ ਹਾਂ ਕਿ ਸਿਨੇਮਾ ਆਪਣਾ ਗਰੋ ਨਹੀਂ ਕਰਦਾ, ਦੂਜੇ ਪਾਸੇ ਫਿਰ ਆਪਾਂ ਇੱਕ ਦੂਜੇ ਨੇ ਲੱਤਾਂ ਵੀ ਖਿੱਚਦੇ ਹਾਂ, ਉਹ ਗਲਤ ਹੋ ਜਾਂਦਾ। ਤੋ ਸਾਰੀਆਂ ਚੀਜ਼ਾਂ ਛੱਡ ਕੇ ਕਿਸੇ ਇੱਕ ਚੀਜ਼ ਨੂੰ ਫੜ ਲੈਣਾ ਉਹ ਚੰਗੀ ਗੱਲ ਨਹੀਂ। ਤੋ ਮੈਂ ਚਾਹੁੰਦਾ ਕਿ ਪੋਜ਼ਿਟਿਵ ਐਨਰਜੀ ਮਿਲੇ ਹਰ ਪਾਸਿਓਂ ਔਰ ਤੁਸੀਂ ਸਾਰੇ ਡਟ ਕੇ ਸਾਥ ਦਿਓ। ਯਾਰ ਘਰ ਦੀ ਫਿਲਮ ਹੈ, ਛੋਟਾ ਭਰਾ ਹੈ ਸਾਡਾ, ਚੰਗਾ ਬਚਪਨ ਤੋਂ ਜਾਣਦਾ। ਭਾਅ ਜੀ ਮੈਨੂੰ ਹੁਣੇ ਜਾਣਨਾ ਸ਼ੁਰੂ ਕੀਤਾ ਵਾ ਅਤੇ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਭਾਅ ਜੀ ਦਾ ਹੀ ਫੈਨ ਹਾਂ ਜੀ, ਅਤੇ ਹਮੇਸ਼ਾ ਇੰਟਰਵਿਊ 'ਚ ਵੀ ਕਹਿੰਦਾ ਰਿਹਾ ਵਾਂ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਮੈਨੂੰ ਪਤਾ ਹੁੰਦੀਆਂ, ਇਹਨਾਂ ਦੇ ਬਾਰੇ ਮੈਨੂੰ ਪਤਾ ਹੁੰਦੀਆਂ ਨੇ, ਕਿਉਂਕਿ ਐਜ਼ ਆ ਫੈਨ ਤੁਸੀਂ ਪਿੱਛੇ ਤੋਂ ਦੂਰੋਂ ਵੇਖ ਰਹੇ ਹੁੰਦੇ ਹੋ ਬਹੁਤ ਟਾਈਮ ਤੋਂ, ਅਤੇ ਮੈਂ ਭਾਅ ਜੀ ਨੂੰ ਬਹੁਤ ਪਿਆਰ ਕਰਦਾ ਵਾਂ। ਮਤਲਬ ਮੈਨੂੰ ਖੁਦ ਵੀ ਨਹੀਂ ਪਤਾ ਵੀ ਮੈਂ ਇੰਨਾ ਪਿਆਰ ਕਿਉਂ ਕਰਦਾ ਹਾਂ, ਕਿਉਂਕਿ ਕਈ ਵਾਰ ਪਰਿਵਾਰ ਤੋਂ ਬਾਅਦ ਤੁਹਾਨੂੰ ਕੋਈ ਕਿਸੇ 'ਚ ਆਪਣਾ ਪਰਿਵਾਰ ਦਿਖੇ ਉਹ ਬੜੀ ਵੱਡੀ ਗੱਲ ਹੁੰਦੀ, ਤਾਂ ਮੈਨੂੰ ਭਾਅ ਜੀ 'ਚ ਆਪਣਾ ਪਰਿਵਾਰ ਹੀ ਦੇਖਦਾ, ਭਾਅ ਜੀ ਮੇਰੇ ਵੱਡਿਆਂ ਵਾਂਗੂ ਨੇ, ਅਤੇ ਮੈਂ ਆਲਵੇਜ਼ ਭਾਅ ਜੀ ਦੇ ਫੁੱਟ ਸਟੈਪਸ 'ਤੇ ਚੱਲਣ ਦੀ ਕੋਸ਼ਿਸ਼ ਕੀਤੀ ਅਤੇ ਅੱਗੇ ਵੀ ਇਹ ਹੀ ਕਰਦਾ ਰਹਾਂਗਾ। ਮਾਨ ਸਾਹਿਬ ਨਾ ਤਾਂ ਕਿਸੇ ਨਾਲ ਫਿਲਮ ਕਰਦੇ ਨਾ ਗਾਣੇ ਕਰਦੇ, ਤੁਹਾਡੇ ਨਾਲ ਗਾਣਾ ਵੀ ਕਰ ਲਿਆ ਫਿਲਮ ਵੀ ਕਰ ਲਿਆ, ਇਹ ਤਾਂ ਕੀ ਆ ਤੁਹਾਡੇ ਰਿਸ਼ਤੇ ਦੇ ਵਿੱਚ ਕੀ ਖਾਸ ਗੱਲ ਆ? ਮਾਨ ਸਾਹਿਬ ਨੂੰ ਮਨਾ ਹੀ ਨਹੀਂ ਕੀਤਾ।
ਦੇਖੋ ਜ਼ਿੰਦਗੀ ਸਤਿਕਾਰ ਹੈ, ਪਿਆਰ ਹੈ। ਆਪਾਂ ਕਿਸੇ ਨੂੰ ਪਿਆਰ ਕਰਦੇ ਨਾ ਤਾਂ ਸਾਹਮਣੇ ਵਾਲਾ ਦੋ ਕਦਮ ਅੱਗੇ ਭਰ ਲੈਂਦਾ। ਸੋ ਮੈਨੂੰ ਲੱਗਦਾ ਕਿ ਜਿਹਨੇ ਜ਼ਿੰਦਗੀ 'ਚ ਇਹ ਸਿੱਖ ਲਿਆ ਕਿ ਮੈਂ ਚੰਗਾ ਬੋਲਣਾ ਅਤੇ ਚੰਗੀ ਗੱਲ ਕਰਨੀ ਹੈ, ਉਹ ਤੁਹਾਡਾ ਮਿਆਰ ਅਤੇ ਤੁਹਾਡੀ ਖਾਨਦਾਨੀ ਦੱਸ ਦਿੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਪਰਵਰਿਸ਼ 'ਚ ਪੈ ਨਿਕਲੇ ਹੋ। ਸੋ ਮੈਨੂੰ ਲੱਗਦਾ ਇਹ ਅੱਛਾ ਸੰਸਕਾਰ ਹੈ। ਅਸੀਂ ਵੀ ਆਪਦੇ ਸੀਨੀਅਰ ਜਦੋਂ ਮਿਲਦੇ ਹਾਂ, ਮੈਂ ਤਾਂ ਕਈ ਵਾਰੀ ਬੈਠਦਾ ਵੀ ਨਹੀਂ, ਮੈਂ ਖੜ ਹੀ ਜਾਂਦਾ। ਅੱਜ ਵੀ ਉਹਦੇ ਸਤਿਕਾਰ ਕਰਦਾ ਸੀ। ਦਰਵਾਜ਼ਾ ਬੰਦ ਕਰੋ, ਦੇਖੋ ਜੇ ਤੁਸੀਂ ਇਸ ਤਰ੍ਹਾਂ ਖੜ ਗਏ ਨਾ ਇੱਕ ਦੂਜੇ ਨਾਲ ਤਾਂ ਇਹ ਸਿਨੇਮਾ ਬਹੁਤ ਵੱਡਾ ਹੋ ਜਾਊਗਾ। ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੀ ਕੀ ਹੁੰਦਾ, ਜਿਹੜੀ ਸਾਡੇ ਖਬਰ ਲੱਗਦੀ ਇੱਥੋਂ ਜਿਹੜੀ ਬਣਦੀ ਹੈ ਖਬਰ ਉਹਨੂੰ ਛੋਟੀ ਸਮਝਿਆ ਜਾਂਦਾ, ਜਿਹੜੀ ਵਾਇਆ ਬੰਬੇ ਹੁੰਦੀ ਉਹਨੂੰ ਬਹੁਤ ਵੱਡੀ ਸਮਝਿਆ ਜਾਂਦਾ। ਉੱਥੇ ਚਾਹੋ ਪੱਲੇ ਕੱਖ ਨਾ ਹੋਵੇ, ਹੈ ਨਾ, ਇਹ ਆਦਤ ਛੱਡਣੀ ਪਊਗੀ। ਸਾਊਥ ਨੇ ਇਹ ਖਤਮ ਕਰਤੀ ਕਿ ਜ਼ਰੂਰੀ ਨਹੀਂ ਖਬਰ ਬੰਬੇ ਤੋਂ ਚੱਲੇ, ਉਹ ਕਹਿੰਦੇ ਚੇਨਈ ਤੋਂ ਵੀ ਚੱਲੂਗੀ। ਤੋ ਜਿੱਦਣ ਖਬਰ ਸਾਡੇ ਚੰਡੀਗੜ੍ਹ ਮੋਹਾਲੀ 'ਚ ਜਾਂ ਸਾਡੇ ਜਲੰਧਰ ਅੰਮ੍ਰਿਤਸਰ ਤੋਂ ਚੱਲਣ ਲੱਗ ਗਈ, ਫਿਰ ਇਹ ਆਪੇ ਸਾਰਾ ਕੁਛ ਵੱਡਾ ਹੋ ਜਾਣਾ। ਜਦੋਂ ਤੁਸੀਂ ਇਹ ਸਮਝਣ ਲੱਗ ਗਏ ਕਿ ਜਿਹੜੇ ਸਾਡੇ ਬੰਦੇ ਹੈ ਅਸੀਂ ਪਹਿਲਾਂ ਇਹਨਾਂ ਦੀ ਗੱਲ ਕਰਨੀ ਹੈ, ਸਾਡੀ ਖਬਰ 'ਚ ਸਾਡੇ ਮੁੰਡੇ ਹੋਣੇ ਚਾਹੀਦੇ ਆ, ਸਾਡੇ ਗੀਤਾਂ 'ਚ ਤੁਹਾਡੀ ਗੱਲ ਹੋਣੀ ਚਾਹੀਦੀ ਹੈ, ਫਿਰ ਇਹ ਇੰਡਸਟਰੀ ਬਹੁਤ ਵੱਡੀ ਹੋ ਜੂਗੀ ਔਰ ਬਹੁਤ ਗਰੋ ਕਰ ਜੂਗੀ। ਔਰ ਮੈਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਸਾਡੇ ਮੁੰਡੇ ਜਾਂ ਹਰਿਆਣੇ ਦੇ ਨਵੇਂ ਬੱਚੇ ਵੀ ਹੁਣ ਬਹੁਤ ਗਾਉਣ ਲੱਗ ਗਏ, ਉਹਨਾਂ ਨੇ ਆਪਣੀ ਲੈਂਗੁਏਜ ਪੜ੍ਹ ਲਈ ਔਰ ਬਹੁਤ ਅੱਛੀ ਗੱਲ ਹੈ, ਖੇਤਰੀ ਭਾਸ਼ਾ ਮਜ਼ਬੂਤ ਹੋ ਰਹੀ ਹੈ ਅਤੇ ਬਹੁਤ ਛੇਤੀ ਜੇ ਅਜੇ ਤਾਂ ਸ਼ਾਇਦ ਵੋਟਾਂ ਚੱਲਦੀਆਂ ਪੈਣੀਆਂ ਨਾ, ਹਾਂਜੀ ਹਾਂਜੀ, ਬਹੁਤ ਛੇਤੀ ਸ਼ਾਇਦ ਉੱਥੇ ਵੀ ਕੋਈ ਫਿਲਮ ਸਿਟੀ ਦਾ ਚੱਲ ਰਿਹਾ, ਕਿ ਪੰਜਾਬ ਵੀ ਤਿਆਰੀ ਕਰ ਰਿਹਾ, ਉਹ ਵੀ ਕਰ ਰਿਹਾ, ਗੱਲ ਵੱਡੀ ਹੋ ਜਾਣੀ ਹੈ। ਪਰ ਇੱਦਾਂ ਹੀ ਜੁੜੇ ਰਹੀਏ, ਇੱਕ ਦੂਜੇ ਦੀਆਂ ਖਾਮੀਆਂ ਛੋਟੀਆਂ ਮੋਟੀਆਂ ਢੱਕ ਦਈਏ ਬਸ। ਜ਼ਰੂਰੀ ਨਾਲੇ ਭਾਜੀ ਤੁਸੀਂ ਗੱਲ ਕੀਤੀ ਇੱਥੋਂ ਚੱਲਣੀ ਚਾਹੀਦੀ ਹੈ, ਸੁੱਚਾ ਸੂਰਮਾ ਤੇ ਸ਼ਾਹਕੋਟ ਸ਼ੁਰੂ ਪੰਜਾਬ ਤੋਂ ਹੀ ਆ ਨੇ, ਪ੍ਰਮੋਸ਼ਨ ਵੀ ਇੱਥੋਂ ਹੀ ਕੀਤੀ ਆ ਤੇ ਲਾਂਚ ਵੀ ਇੱਥੇ ਹੀ ਆ, ਅਸੀਂ ਉਹ ਰੂਟ ਹੀ ਨਹੀਂ ਫੜਿਆ ਬੰਬੇ ਵਾਲਾ। ਨਹੀਂ ਅਸੀਂ, ਮੈਂ ਨਿੱਜੀ ਤੌਰ 'ਤੇ ਇਹ ਗੁਰੂ ਵੀ ਜਾਂ ਸਾਡੀ ਇਹ ਟੀਮ ਵੀ, ਮੇਰੀ ਇਹੀ ਪ੍ਰਾਇਓਰਟੀ ਹੈ ਕਿ ਸਾਡੇ ਮੁੰਡੇ ਖਬਰਾਂ ਲਾਉਣ। ਮੈਂ ਅਸੀਂ ਵਰਲਡ ਵਾਈਡ ਕੰਮ ਵੀ ਕਰਦੇ ਹਾਂ, ਸ਼ੋਅ ਵੀ ਕਰਦੇ ਹਾਂ, ਸਾਡੇ ਮੁੰਡੇ ਕਰਾਉਂਦੇ ਹਾਂ। ਮੈਂ ਕਾਰਪੋਰੇਟ ਤੋਂ ਪਰੇ ਇਸ ਲਈ ਹੈ ਕਿ ਸਾਡੇ ਮੁੰਡਿਆਂ ਨੂੰ ਰੁਜ਼ਗਾਰ ਮਿਲੇ, ਜਿੱਥੇ ਚਾਰੇ ਪਾਸੇ ਅਸੀਂ ਉਹ ਹੋਈਏ। ਸੋ ਇਸ ਕੋਸ਼ਿਸ਼ ਨਾਲ ਜੇ ਆਪਾਂ ਚੱਲਦੇ ਰਹਾਂਗੇ ਖਿੱਚ ਲਾਂਗੇ ਕੰਮ ਕੋਈ। ਉਹ ਕਿੱਦਾਂ ਦੀ ਗੱਲ ਹੋ ਗਈ, ਤੈਨੂੰ ਕੁਛ ਨਹੀਂ ਰਿਹਾ ਮੈਂ ਦੱਸਣੀ ਹੈ। ਪਰ ਭਾਜੀ ਦਾ ਧੰਨਵਾਦ ਆ, ਅੱਜ ਵੀ ਪਹਿਲਾਂ ਵੀ ਹਮੇਸ਼ਾ ਭਾਜੀ ਅੱਜ ਇੱਥੇ ਆਏ ਨੇ, ਮੈਨੂੰ ਲੱਗਦਾ ਸਾਡੀ ਫਿਲਮ ਦਾ ਟ੍ਰੇਲਰ ਵੀ ਅੱਜ ਲਾਂਚ ਹੋਇਆ, ਪੋਸਟਰ ਵੀ ਅਤੇ ਅਨਾਊਂਸਮੈਂਟ ਵੀ ਅੱਜ ਹੀ ਆ ਜਿੱਦਣ ਭਾਜੀ ਨੇ ਆ ਕੇ ਕੀਤੀ ਹੈ। ਇਹ ਮਤਲਬ
ਖਤਮ ਆ ਗੱਲਬਾਤ ਇੱਥੇ ਹੁਣ, ਠੀਕ ਹੈ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ।